ਜਗਤਾਰ ਸਿੰਘ ਧਾਰਾ ਆਪਣੀ ਭਤੀਜੀ ਦੇ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਉਹਨਾਂ ਨੂੰ ਵਾਪਸ ਲਿਜਾਇਆ ਜਾ ਰਿਹਾ ਹੈ। ਤਸਵੀਰਾਂ ਤੁਹਾਡੇ ਸਾਹਮਣੇ ਨੇ, ਭਾਰੀ ਸੁਰੱਖਿਆ ਪ੍ਰਬੰਧਾਂ ਦੇ ਹੇਠ ਜਗਤਾਰ ਸਿੰਘ ਧਾਰਾ ਨੂੰ ਲਿਆਂਦਾ ਗਿਆ ਸੀ ਪਿੰਡ ਮੁਗਲ ਮਾਜਰੀ ਦੇ ਵਿੱਚ, ਆਨੰਦ ਕਾਰਜ ਹੋਏ ਗੁਰਦੁਆਰਾ ਸਾਹਿਬ ਦੇ ਵਿੱਚ, ਔਰ ਉਹਨਾਂ ਦਾ ਆਪਣਾ ਪਿੰਡ ਜਿਹੜਾ ਹੈਗਾ ਇੱਥੋਂ ਥੋੜ੍ਹੀ ਦੂਰੀ 'ਤੇ ਹੈ, ਤਾਂ ਪੂਰੇ ਪਰਿਵਾਰ ਨੂੰ ਮਿਲੇ ਨੇ। ਆਪਣੀ ਭਤੀਜੀ ਦਾ ਪੱਲਾ ਫੜਾਉਣ ਦੀ ਰਸਮ ਆ ਜਿਹੜੀ ਜਗਤਾਰ ਸਿੰਘ ਧਾਰਾ ਨੇ ਨਿਭਾਈ ਹੈ, ਔਰ ਰਿਸ਼ਤੇਦਾਰਾਂ ਨੂੰ ਮਿਲਦੇ ਹੋਏ ਜਗਤਾਰ ਸਿੰਘ ਧਾਰਾ ਇੱਥੋਂ ਵਾਪਸ ਜਾ ਰਹੇ ਨੇ। ਤਾਂ ਇਹ ਜਗਤਾਰ ਸਿੰਘ ਧਾਰਾ ਦੀਆਂ ਤਸਵੀਰਾਂ, ਸਿਰ 'ਤੇ ਪੀਲਾ ਪਰਨਾ ਧਾੜਾ ਪ੍ਰਕਾਸ਼ ਕੀਤਾ ਹੋਇਆ, ਔਰ ਵਾਪਸ ਕਿਉਂਕਿ 11 ਵਜੇ ਤੋਂ 1 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ, ਔਰ ਪੂਰਾ 1 ਵਜੇ ਜਗਤਾਰ ਸਿੰਘ ਧਾਰਾ ਨੂੰ ਵਾਪਸ ਪੁਲਿਸ ਨੇ ਸੁਰੱਖਿਆ ਵਾਲੀ ਗੱਡੀ ਦੇ ਵਿੱਚ ਬਿਠਾ ਲਿਆ, ਔਰ ਇੱਥੋਂ ਵਾਪਸ ਬੜੈਲ ਜੇਲ੍ਹ ਲਿਜਾਇਆ ਜਾਣਾ ਜਗਤਾਰ ਸਿੰਘ ਧਾਰਾ ਨੂੰ। ਤਾਂ ਆਪਣੀ ਭਤੀਜੀ ਦੇ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਏ, ਕਿਉਂਕਿ ਉਹਨਾਂ ਦੇ ਭਰਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ, ਤਾਂ ਉਸਦੀ ਪੁੱਤਰੀ ਦੀਆਂ ਜਿਹੜੀਆਂ ਰਸਮਾਂ ਸੀ ਉਹ ਵਿਆਹ ਦੀਆਂ ਰਸਮਾਂ ਜਗਤਾਰ ਸਿੰਘ ਧਾਰਾ ਨੇ ਜਿਹੜੀਆਂ ਨਿਭਾਈਆਂ ਨੇ। ਪੱਲਾ ਫੜਾਉਣ ਦੀ ਰਸਮ ਜਗਤਾਰ ਸਿੰਘ ਧਾਰਾ ਨੇ ਆਪਣੀ ਭਤੀਜੀ ਦਾ ਪੱਲਾ ਫੜਾਉਣ ਦੀ ਰਸਮ ਆ ਜਿਹੜੀ ਉਹ ਅਦਾ ਕੀਤੀ ਗੁਰਦੁਆਰਾ ਸਾਹਿਬ ਦੇ ਵਿੱਚ। ਆਨੰਦ ਕਾਰਜ ਗੱਲਾਂ ਬਾਤਾਂ ਹੋਈਆਂ, ਵਿਆਹ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਹੁਣ ਜਗਤਾਰ ਸਿੰਘ ਧਾਰਾ ਨੂੰ ਵਾਪਸ ਜਿਹੜਾ ਹੈਗਾ ਇੱਥੋਂ ਲਿਜਾਇਆ ਜਾ ਰਿਹਾ, ਭਾਰੀ ਸੁਰੱਖਿਆ ਪ੍ਰਬੰਧਾਂ ਦੇ ਹੇਠ ਚੰਡੀਗੜ੍ਹ ਪੁਲਿਸ ਆ ਜਿਹੜੀ ਉਹ ਲੈ ਕੇ ਪਹੁੰਚੀ ਸੀ। ਤਾਂ ਇਹ ਭਾਰੀ ਸੁਰੱਖਿਆ ਦਸਤਾ ਜਿਹੜਾ ਹੈਗਾ ਉਸ ਨੂੰ ਇੱਥੋਂ ਲੈ ਕੇ ਰਵਾਨਾ ਹੋਣ ਲੱਗਾ, ਔਰ ਇੱਥੋਂ ਰਵਾਨਾ ਹੋ ਚੁੱਕਿਆ। ਤਾਂ ਇੱਕ ਲੰਬੇ ਅਰਸੇ ਦੇ ਬਾਅਦ ਜਗਤਾਰ ਸਿੰਘ ਧਾਰਾ ਬਾਹਰ ਆਏ ਜੇਲ੍ਹ ਤੋਂ, ਬੇਸ਼ੱਕ ਦੋ ਘੰਟੇ ਦੇ ਲਈ ਆਪਣੇ ਪਰਿਵਾਰ ਨੂੰ ਮਿਲੇ, ਔਰ ਮਿਲਣ ਤੋਂ ਬਾਅਦ ਆਪਣੀ ਭਤੀਜੀ ਦੇ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਏ, ਉਸਦੇ ਪੱਲਾ ਫੜਾਉਣ ਦੀ ਰਸਮ ਅਦਾ ਕੀਤੀ, ਆਨੰਦ ਕਾਰਜ ਦੇ ਵਿੱਚ ਸ਼ਾਮਲ ਹੋਏ, ਪਰਿਵਾਰ ਨੂੰ ਮਿਲੇ, ਰਿਸ਼ਤੇਦਾਰਾਂ ਨੂੰ ਮਿਲੇ, ਔਰ ਹੁਣ ਇੱਕ ਵਾਰ ਫਿਰ ਤੋਂ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਹੇਠ ਜਗਤਾਰ ਸਿੰਘ ਧਾਰਾ ਨੂੰ ਇੱਥੋਂ ਵਾਪਸ ਲਿਜਾਇਆ ਜਾ ਰਿਹਾ। ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ। ਹਾਲਾਂਕਿ ਉਸ ਦੌਰਾਨ ਅਗਰ ਵੇਖਿਆ ਜਾਵੇ ਤਾਂ ਪੁਲਿਸ ਨੇ ਸੁਰੱਖਿਆ ਪ੍ਰਬੰਧਾਂ ਦਾ ਵੀ ਧਿਆਨ ਰੱਖਿਆ, ਔਰ ਪਰਿਵਾਰ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ ਉਸਦਾ ਵੀ ਧਿਆਨ ਰੱਖਿਆ ਗਿਆ। ਤਾਂ ਇੱਥੋਂ ਇੱਕ ਵਾਰ ਰਵਾਨਾ ਹੋ ਚੁੱਕੇ ਨੇ ਜਗਤਾਰ ਸਿੰਘ ਧਾਰਾ, ਇੱਕ ਲੰਬੇ ਅਰਸੇ ਦੇ ਬਾਅਦ ਜੇਲ੍ਹ ਤੋਂ ਬਾਹਰ ਆਉਂਦੇ ਨੇ, ਔਰ ਆਪਣੇ ਪਰਿਵਾਰ ਦੇ ਸਮਾਗਮ ਦੇ ਵਿੱਚ ਸ਼ਾਮਲ ਹੁੰਦੇ ਨੇ, ਆਪਣੀ ਭਤੀਜੀ ਦੇ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੁੰਦੇ ਨੇ, ਉਸਦੇ ਆਨੰਦ ਕਾਰਜ ਦੇ ਵਿੱਚ ਸ਼ਾਮਲ ਹੁੰਦੇ ਨੇ, ਪੱਲਾ ਫੜਾਉਣ ਦੀ ਰਸਮ ਅਦਾ ਕਰਦੇ ਨੇ, ਔਰ 2 ਘੰਟੇ ਦਾ ਸਮਾਂ ਕਿਉਂਕਿ ਅਦਾਲਤ ਨੇ ਦਿੱਤਾ ਸੀ 11 ਵਜੇ ਤੋਂ 1 ਵਜੇ ਤੱਕ ਦਾ, ਤਾਂ 1 ਵਜਦਾ ਹੀ ਉਹਨਾਂ ਨੂੰ ਇੱਥੋਂ ਲਿਜਾਇਆ ਗਿਆ। ਕੈਮਰਾਮੈਨ ਅਜੇ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਪਿੰਡ ਮੁਗਲ ਮਾਜਰੀ, ਰੋਪੜ।